ਆਲ ਰਾਈਟ, ਮੈਂ ਅਮਰਜੋਤ ਸਿੰਘ ਬੋਲਿਆ, ਹਰਵਿੰਦਰ ਸਿੰਘ ਲਾਈਨ ਤੇ ਜੁੜੇ ਹੋਏ ਲੁਧਿਆਣੇ ਤੋਂ। ਸਤਿ ਸ਼੍ਰੀ ਅਕਾਲ ਹਰਵਿੰਦਰ ਜੀ। ਸਤਿ ਸ਼੍ਰੀ ਅਕਾਲ ਅਮਰਜੋਤ ਜੀ। ਤੁਹਾਨੂੰ ਵੀ ਤੇ ਸਾਰੇ ਪੰਜਾਬ ਦੇ ਵਸਨੀਕ ਹੈ ਜਿਹੜੇ ਸਾਰੇ ਜੁੜੇ ਹੋਏ ਆ, ਜਿਹੜੇ ਇਸ ਚੀਜ਼ ਨੂੰ ਦੇਖ ਰਹੇ ਆ, ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪਿਛਲੇ 2 ਹਫ਼ਤੇ ਪਹਿਲਾਂ ਮੈਂ ਲੁਧਿਆਣੇ ਤੋਂ ਹੋਕਰ ਗਿਆ, ਮੈਨੂੰ ਬਹੁਤ ਵਧੀਆ ਲੱਗਿਆ ਲੋਕਾਂ ਦੀ ਇੱਕ ਪ੍ਰੋਬਲਮ ਸੁਣਨੂੰ, ਉਹਨਾਂ ਦੀ ਐਪਲੀਕੇਸ਼ਨ ਦੇਖਣ ਨੂੰ ਇੱਕ ਮੌਕਾ ਮਿਲਿਆ, ਦੇਖ ਕਰ ਕਈਆਂ ਨੂੰ ਐਡਵਾਈਸ ਵੀ ਦਿੱਤੀ ਮੈਂ, ਤੇ ਦੁਬਾਰਾ ਤੋਂ ਹੁਣ ਆਪਾਂ ਇਹ ਸ਼ੁਰੂ ਕਰਾਂਗੇ ਅਗਲੇ ਹਫ਼ਤੇ ਤੋਂ, ਸਟਾਰਟਿੰਗ ਫੋਰ ਮੰਡੇ ਲੁਧਿਆਣਾ। ਮੈਂ ਫਿਰ ਉੱਥੇ 3-4 ਦਿਨ ਰਹਾਂਗਾ, ਅਤੇ ਮੈਂ ਆਸ ਕਰਦਾ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਆ ਕੇ ਆਪਣੀ ਐਪਲੀਕੇਸ਼ਨ ਬਾਰੇ ਗੱਲ ਕਰ ਸਕਦੇ ਹੈ। ਮੇਰਾ ਫੋਕਸ ਹਮੇਸ਼ਾ ਤੋਂ ਰਿਹਾ ਹੈ PR ਔਨ ਦਾ ਬੇਸਿਸ ਆਫ ਮੈਰਿਜ ਔਰ ਸਪਾਊਸ ਵੀਜ਼ਾ, ਓਪਨ ਵਰਕ ਪਰਮਿਟ ਜਿਹਨੂੰ ਕਹਿੰਦੇ ਆ ਲੀਗਲ ਟਰਮ। ਸੋ ਉਹਦੇ ਬਾਰੇ ਮੇਰਾ ਹਮੇਸ਼ਾ ਤੋਂ ਫੋਕਸ ਰਿਹਾ, ਅਤੇ ਕਈ ਲੋਕ ਐਪਲੀਕੇਸ਼ਨ ਨਈ ਐਪਲੀਕੇਸ਼ਨ ਲਾਉਂਦੇ ਵੀ ਆ ਰਹੇ ਹੈ, ਪੁਰਾਣੀ ਜਿਨ੍ਹਾਂ ਦੀ ਰਿਫਿਊਜ਼ ਹੋਈ ਉਹਨਾਂ ਦੀ ਵੀ ਮੈਂ ਦੇਖ ਕਰ ਉਹਨਾਂ ਨੂੰ ਐਡਵਾਈਸ ਦੇ ਰਿਹਾ, ਅਤੇ ਇਸ ਤਰ੍ਹਾਂ ਆਪਾਂ ਫਿਰ ਕਰਾਂਗੇ। ਹਰਵਿੰਦਰ ਸਿੰਘ, ਤੁਸੀਂ ਵੀ ਅਗਰ ਸਵਾਲ ਪੁੱਛਣਾ ਹੈ ਮੇਰੇ ਤੋਂ ਕੋਈ ਸਪਾਊਸ ਵੀਜ਼ਾ ਦੇ ਬਾਰੇ ਜਾਂ ਇਹਦੇ ਬਾਰੇ, ਤਾਂ ਤੁਸੀਂ ਪੁੱਛ ਸਕਦੇ ਹੋ। ਮੇਰਾ ਸਵਾਲ ਇਹੀ ਹੈ ਸਪਾਊਸ ਵੀਜ਼ਾ ਦੇ ਰਿਗਾਰਡਿੰਗ, ਕਿ ਜਿਹੜੇ ਸਪਾਊਸ ਵੀਜ਼ਾ ਰਿਜੈਕਟ ਹੋ ਜਾਂਦੇ ਨੇ ਤੇ ਉਹ ਉਹਨਾਂ ਦੇ ਕੀ ਚਾਂਸਸ ਹੁੰਦੇ ਨੇ ਦੁਬਾਰਾ ਸਪਾਊਸ ਵੀਜ਼ਾ ਲੱਗਣ ਦੇ? ਜਿੱਥੇ ਤੱਕ ਮੈਂ ਦੇਖਦਾ ਕਿ ਜਿਹੜਾ ਸੈਕਿੰਡ ਵਾਰ ਅਪਲਾਈ ਕਰਦਾ ਨਾ, ਉਹਦੇ ਚਾਂਸਸ ਪਹਿਲੇ ਨਾਲ ਬਹੁਤ ਹੀ ਜ਼ਿਆਦਾ ਹੁੰਦੇ ਹੈ। ਉਹਦੀ ਵਜ੍ਹਾ ਇਸ ਤਰ੍ਹਾਂ ਹੈ ਕਿਉਂਕਿ ਦੂਸਰੇ ਐਪਲੀਕੇਸ਼ਨ ਵਿੱਚ ਐਪਲੀਕੈਂਟ ਨੂੰ ਇਹ ਪਤਾ ਹੋ ਜਾਂਦਾ ਕਿ ਵੀ ਪਹਿਲਾਂ ਉਹ ਕੀ ਗਲਤੀ ਕਰ ਚੁੱਕਿਆ, ਕੋਈ ਡਾਕੂਮੈਂਟ ਮਿਸਿੰਗ ਹੈ, ਕੋਈ ਇਨਫੋਰਮੇਸ਼ਨ ਮਿਸਿੰਗ ਹੈ, ਕੋਈ ਫੈਕਟ ਮਿਸਿੰਗ ਹੈ, ਜਾਂ ਇੰਟਰਵਿਊ ਹੋਇਆ ਇੰਟਰਵਿਊ ਵਿੱਚ ਕੋਈ ਗਲਤ ਬਿਆਨ ਹੀ ਕਰ ਗਿਆ, ਜਾਂ ਈਵਨ ਉਹ ਕੈਪਸ ਨੋਟਸ ਮੰਗਾ ਕੇ ਵੀ ਉੱਥੋਂ ਆਪਣਾ ਵੀਜ਼ਾ ਫਾਈਲ ਨੋਟਸ ਵਿੱਚ ਦੇਖ ਸਕਦਾ ਕਿ ਵੀ ਵਾਟ ਵਾਜ਼ ਦਾ ਸਟ੍ਰਿਕਟ ਓਬਜੈਕਸ਼ਨ, ਜਿਹੜਾ ਓਬਜੈਕਸ਼ਨ ਲਾਇਆ ਉਹਨੂੰ ਦੇਖ ਕੇ ਫਿਰ ਦੁਬਾਰਾ ਅਪਲਾਈ ਕਰੋਗੇ, ਅਤੇ ਤੁਸੀਂ ਸਮਝੋ ਕਿ ਪਹਿਲੀ ਪਹਿਲੀ ਐਪਲੀਕੇਸ਼ਨ ਤੋਂ ਡਬਲ ਤੁਹਾਡੀ ਪੋਸਿਬਿਲਿਟੀ ਹੈ ਕਿ ਵੀਜ਼ਾ ਮਿਲੇਗਾ। ਸਰ, ਮੈਂ ਇੱਕ ਅੱਜ ਕੱਲ੍ਹ ਬਹੁਤ ਦੇਖ ਰਿਹਾ ਕਿ ਇਹ ਜਿਹੜੇ ਸਪਾਊਸ ਵੀਜ਼ਾਸ ਨੇ ਇਹ ਮੋਸਟਲੀ 5 ਸਾਲਾਂ ਦੇ ਬੈਨ ਤੱਕ ਜਾ ਰਹੇ ਨੇ, ਤੇ ਇਸ ਦਾ ਕੀ ਵੱਡਾ ਕਾਰਨ ਹੈ ਕਿ ਇਹ ਰਿਜੈਕਟ ਨਾ ਹੋ ਕੇ ਸਿਰਫ ਤੇ ਅਗਲੇ ਅਗਲੇ 5 ਸਾਲਾਂ ਦੇ ਬੈਨ ਤੱਕ ਇਹ ਇਹਨਾਂ ਦੇ ਲੱਗ ਜਾਂਦਾ ਬੱਚਿਆਂ ਦਾ, ਇਹਦਾ ਕੀ ਰੀਜ਼ਨ ਹੈ? 3-4 ਦਿਨ ਪਹਿਲਾਂ ਵੀ ਮੇਰੇ ਕੋਲ ਇੱਕ ਕਲਾਇੰਟ ਕਾਲ ਕਰ ਰਹੇ ਸੀ, ਉਹ ਵੀ ਮਿਸਰੈਪ੍ਰੈਜ਼ੈਂਟੇਸ਼ਨ ਹੋਇਆ ਉਹਨਾਂ ਦਾ 5 ਸਾਲ ਵਾਲਾ ਬੈਨ, ਪੁਰਾਣਾ ਮਿਸਰੈਪ ਬੈਨ ਜਿਹੜਾ ਬਾਹਰ ਆਇਆ। ਗੱਲ ਇੱਦਾਂ ਹੈ ਕਿ ਜਿਹੜਾ ਮਿਸਰੈਪ ਬੈਨ ਹੈ ਨਾ, ਇਹ ਸੈਕਸ਼ਨ 40 ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਲੱਗਦਾ ਹੈ। ਕੋਈ ਵੀ ਅਗਰ ਕੋਈ ਗਲਤ ਇਨਫੋਰਮੇਸ਼ਨ, ਗਲਤ ਡਾਕੂਮੈਂਟ ਜਾਂ ਗਲਤ ਕੋਈ ਬਿਆਨ ਈਦਰ ਔਨ ਇੰਟਰਵਿਊ ਔਰ ਔਨ ਪੇਪਰ ਜੇ ਦਿੱਤਾ ਹੈ, ਤਾਂ 5 ਸਾਲ ਦਾ ਬੈਨ ਲੱਗਣਾ ਹੀ ਲੱਗਣਾ ਹੈ। ਪ੍ਰੋਬਲਮ ਇਹ ਹੈ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਇਹ ਕਿੰਨੀ ਵੱਡੀ ਇੱਕ ਸਿਰਦਰਦੀ ਹੈ ਜਦ ਤੱਕ ਉਹ ਲੱਗਦਾ ਨਹੀਂ। ਹਮੇਸ਼ਾ ਟਰੁੱਥਫੁੱਲ, ਓਨੈਸਟ, ਓਨੈਸਟੀ ਇਜ਼ ਦਾ ਬੈਸਟ ਪੋਲਿਸੀ ਹੈ ਸਾਰੀ ਐਪਲੀਕੇਸ਼ਨ, ਇਮੀਗ੍ਰੇਸ਼ਨ ਐਪਲੀਕੇਸ਼ਨ ਸਪੈਸ਼ਲੀ, ਕੈਨੇਡਾ ਤਾਂ ਹੈ ਹੀ ਹੈ, ਕਿ ਜੋ ਕੁਛ ਤੁਹਾਡੇ ਕੋਲ ਹੈ ਤੁਸੀਂ ਉਹੀ ਲਿਖਣਾ ਹੈ, ਉਹੀ ਦੱਸਣਾ ਹੈ। ਜੇ ਉਹ ਤੋਂ ਬਾਹਰ ਤੱਕ ਤੁਸੀਂ ਅਗਰ ਕਰਦੇ ਹੋ, ਸਪੈਸ਼ਲੀ ਅਗਰ ਕਿਸੇ ਏਜੰਟ ਤੋਂ ਤੁਸੀਂ ਫਾਈਲ ਲਗਵਾ ਕੇ ਕਿਸੇ ਨੇ ਕੋਈ ਗਲਤ ਡਾਕੂਮੈਂਟ ਲਾਤਾ, ਤੁਹਾਨੂੰ ਪਤਾ ਹੀ ਚੱਲਣਾ ਕਿ ਵੀ ਕਿਹੜਾ ਡਾਕੂਮੈਂਟ ਨਕਲੀ ਲਾਇਆ, ਤੁਹਾਨੂੰ ਬੈਨ ਲੱਗੇਗਾ। ਜਿਹੜਾ ਇੰਬੈਸੀ ਦਾ ਪ੍ਰੋਸੀਜਰ ਹੈ ਕਿ ਅਗਰ ਕੋਈ ਉਹਨਾਂ ਨੂੰ ਸ਼ੱਕ ਹੁੰਦਾ ਹੈ, ਉਹਨਾਂ ਦਾ ਇੱਕ ਇੱਕ ਸਿਸਟਮ ਹੈ ਕਿ ਤੁਹਾਨੂੰ ਉਹ ਕਾਲ ਕਰਦੇ ਆ, ਤੁਹਾਨੂੰ ਚਿੱਠੀ ਲਿਖ ਕਰ ਤੁਹਾਨੂੰ ਇੱਕ 4 ਹਫ਼ਤੇ ਦਾ ਟਾਈਮ ਦਿੰਦੇ ਆ, ਜਿਹਨੂੰ ਕਹਿੰਦੇ ਪ੍ਰੋਸੀਜਰ ਫੇਅਰਨੈਸ ਲੈਟਰ, PFL। ਅਤੇ ਪ੍ਰੋਸੀਜਰ ਫੇਅਰਨੈਸ ਦਾ ਮਤਲਬ ਇਹ ਹੈ ਕਿ ਪ੍ਰੋਸੀਜਰ ਦੇ ਤਹਿਤ ਅਸੀਂ ਤੁਹਾਨੂੰ ਇੱਕ ਜਸਟ ਟੂ ਬੀ ਫੇਅਰ ਇੱਕ ਮੌਕਾ ਦੇ ਰਹੇ, ਤੁਸੀਂ ਆ ਕੇ ਦੱਸ ਦਿਓ ਵੀ ਇਹ ਡਾਕੂਮੈਂਟ ਜਿਹੜਾ ਲਾਇਆ ਬਾਕੀ ਅਸਲੀ ਹੈ, ਨਕਲੀ ਹੈ, ਕੀ ਹੈ। ਤੁਸੀਂ ਅਗਰ ਦੱਸ ਦਿਓਗੇ, ਕਲੈਰੀਫਾਈ ਕਰ ਦਿਓਗੇ, ਤਾਂ ਕੋਈ ਬੈਨ ਨਹੀਂ ਲੱਗੇਗਾ, ਵੀ ਵਿਲ ਪ੍ਰੋਸੀਡ। ਜੇ ਨਹੀਂ ਦੱਸੋਗੇ ਜਾਂ ਵਿਦਡਰਾਅ ਕਰ ਲਓਗੇ, ਜਿਹੜਾ ਪਹਿਲੇ ਕੇਸ ਹੋਇਆ ਕਿਸੇ ਨੇ ਵਿਦਡਰਾਅ ਕਰ ਲਿਆ, ਉਹਨੇ ਸਮਝਿਆ ਕਿ ਸ਼ਾਇਦ ਖਤਮ ਹੋ ਗਿਆ, ਨਹੀਂ। ਅਤੇ ਅਗਰ ਜੇ ਨਹੀਂ ਸੈਟਿਸਫਾਈ ਕਰਦੇ, ਤਾਂ ਉਹਨਾਂ ਨੇ ਤੁਹਾਨੂੰ ਬੈਨ ਲਾ ਦੇਣਾ। ਇਹ ਪਹਿਲਾਂ ਬੈਨ ਹੁੰਦਾ ਸੀ 2 ਸਾਲ ਦਾ, ਅੱਜ ਕੱਲ੍ਹ ਇਹ 5 ਸਾਲ ਹੋ ਗਿਆ। ਪ੍ਰੋਬਲਮ ਦ ਬਿਗੈਸਟ ਫਰਸਟ੍ਰੇਸ਼ਨ ਇਜ਼ ਕਿ ਅਗਰ ਇੱਕ ਵਾਰ 5 ਸਾਲ ਦਾ ਬੈਨ ਅਗਰ ਇੰਪੋਜ਼ ਹੋ ਗਿਆ, ਉਹਨੂੰ ਕੋਈ ਵਕੀਲ, ਕੋਈ ਲੋਇਰ, ਕੋਈ ਕੰਸਲਟੈਂਟ, ਕੋਈ ਨਹੀਂ ਛੁਡਾ ਸਕਦਾ। ਉਹ ਫਿਰ ਜੇਕਰ ਚੈਲੰਜ ਹੀ ਕਰਨਾ ਹੈ, ਅਗਰ ਕਿਸੇ ਨੇ ਕਰਨਾ ਹੈ ਕਿ ਵਾਕਈ ਕਿ ਮੇਰੇ ਡਾਕੂਮੈਂਟ ਸਹੀ ਸੀ ਜੀ, ਮੈਂ ਸਮਝਾ ਨਹੀਂ ਸਕਿਆ ਵਗੈਰਾ ਵਗੈਰਾ, ਤਾਂ ਉਹਨਾਂ ਨੂੰ ਫਿਰ ਫੈਡਰਲ ਕੋਰਟ ਜਾਣਾ ਪਏਗਾ ਜੁਡੀਸ਼ੀਅਲ ਰਿਵਿਊ ਰਾਹੀਂ, ਵਿਚ ਇਜ਼ ਵੈਰੀ ਕੋਸਟਲੀ। ਕਰੀਬ ਕਰੀਬ ਐਟਲੀਸਟ $8,000-$10,000 ਦਾ ਖਰਚਾ ਉੱਤੇ ਹੈ, ਫਿਰ ਵੀ ਕੋਈ ਗਾਰੰਟੀ ਨਹੀਂ ਹੈ ਕਿ ਤੁਹਾਡਾ ਕੇਸ ਉੱਥੋਂ ਸੁਲਝ ਕੇ ਮੈਨ ਤੋਂ ਬਾਹਰ ਆ ਜਾਓਗੇ। ਸੋ ਇਸ ਕਰਕੇ ਸਾਰਿਆਂ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਡਾਕੂਮੈਂਟ ਹੈ, ਯੂ ਗਾਟ ਟੂ ਬੀ ਓਨੈਸਟ, ਟਰੁੱਥਫੁੱਲ, ਅਤੇ ਕੋਈ ਉਹਦੇ ਵਿੱਚ ਕੋਈ ਝੂਠ। ਜਿਸ ਤਰ੍ਹਾਂ ਨੋਰਮਲੀ ਟਿਪੀਕਲੀ ਮੈਂ ਦੇਖਦਾ 50% ਕੇਸਿਸ ਇਸ ਤਰ੍ਹਾਂ ਦੇ ਕਿ ਕਈ ਵਾਰ ਉਹ ਪੁੱਛਦੇ ਹੈ ਕਿ ਜਿਹੜਾ ਫੋਰਮ ਹੈ 1295 3rd page 'ਤੇ ਪੁੱਛਦੇ ਹੈ ਕਿ ਹੈਵ ਯੂ ਐਵਰ ਬੀਨ ਰਿਫਿਊਜ਼ ਫੋਰ ਕੈਨੇਡਾ ਔਰ ਸਮ ਅਦਰ ਕੰਟਰੀ। ਲੋਕ ਕਹਿੰਦੇ ਛੱਡੋ ਕੀ ਕਰਨਾ, ਕਿਸੇ ਨੂੰ ਪਤਾ ਕੀ ਚੱਲੇਗਾ, ਉਹ ਤਾਂ ਪੁਰਾਣੇ ਪਾਸਪੋਰਟ ਦੀ ਦੱਸਣ ਦੀ ਲੋੜ ਨਹੀਂ ਹੈ, ਬਸ ਉੱਥੇ ਹੀ ਤੁਸੀਂ ਬਸ ਟਰੈਪ ਹੋ ਜਾਂਦੇ ਹੋ।
ਦਿਸ ਇਜ਼ ਜਸਟ ਵਨ ਐਗਜ਼ਾਮਪਲ ਹਾਂਜੀ ਬਿਲਕੁਲ ਸਰ ਐਗਜ਼ਾਮਪਲਸ ਹਾਂਜੀ ਹਾਂਜੀ ਇੱਕ ਇੱਕ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੁਛ ਜਿਨ੍ਹਾਂ ਦੀ ਮੈਰਿਜਸ ਨਹੀਂ ਹੋ ਪਾਈਆਂ ਜਾਂ ਉਹ ਕੈਨੇਡਾ ਪਹੁੰਚਣ ਤੋਂ ਬਾਅਦ ਸ਼ਾਇਦ ਰਿਲੇਸ਼ਨ ਵਿੱਚ ਆਏ ਨੇ ਆਈ ਮੀਨ ਦੇ ਆਰ ਸਟਿਲ ਗਰਲਫ੍ਰੈਂਡਸ ਐਂਡ ਬੋਏਫ੍ਰੈਂਡਸ ਹੇਅਰ ਇਨ ਇੰਡੀਆ ਐਂਡ ਇਨ ਕੈਨੇਡਾ ਉਹਨਾਂ ਲਈ ਆਪਾਂ ਕਿਸ ਤਰੀਕੇ ਨਾਲ ਹੈਲਪ ਕਰ ਸਕਦੇ ਹਾਂ ਕਿ ਉਹ ਜਿਹੜੇ ਇੱਥੇ ਰਹਿ ਗਏ ਨੇ ਇੰਡੀਆ ਦੇ ਵਿੱਚ ਉਹ ਆਪਣੇ ਸਪਾਊਸ ਦੇ ਕੋਲ ਜਾਂ ਫਿਓਂਸੇਸ ਦੇ ਕੋਲ ਵਾਪਸ ਜਾ ਸਕਣ ਜਾਂ ਜਿਹੜੇ ਬੋਏਫ੍ਰੈਂਡਸ ਨੇ ਗਰਲਫ੍ਰੈਂਡਸ ਨੂੰ ਉੱਥੇ ਮਿਲ ਸਕਣ ਜਾ ਕੇ ਇਹ ਬੋਏਫ੍ਰੈਂਡ ਗਰਲਫ੍ਰੈਂਡ ਦਾ ਸਿਸਟਮ ਸਿਰਫ ਅਮਰੀਕਾ ਹੀ ਹੈ ਜਿਹੜਾ ਜਿਹਨੂੰ ਫਿਆਂਸੇ ਵੀਜ਼ਾ ਵੀ ਕਹਿੰਦੇ ਹਨ ਲੇਕਿਨ ਕੈਨੇਡਾ ਬੋਏਫ੍ਰੈਂਡ ਬੋਏਫ੍ਰੈਂਡ ਵੀਜ਼ਾ ਗਰਲਫ੍ਰੈਂਡ ਵੀਜ਼ਾ ਦਾ ਕੋਨਸੈਪਟ ਕੁਛ ਨਹੀਂ ਹੈ ਅਗਰ ਉਹਨਾਂ ਨੇ ਇੱਕ ਜਿਹੜਾ ਪਾਰਟਨਰ ਚਲਾ ਗਿਆ ਕੈਨੇਡਾ ਅਤੇ ਅਗਰ ਦੂਸਰੇ ਨੇ ਜਾਣਾ ਦੇ ਹੈਵ ਟੂ ਕਮ ਬੈਕ ਐਂਡ ਗੈਟ ਮੈਰਿਡ ਮੈਰਿਜ ਸਰਟੀਫਿਕੇਟ ਹੋਏਗਾ ਉਹਨਾਂ ਕੋਲ ਮੈਰਿਜ ਰਿਲੇਸ਼ਨਸ਼ਿਪ ਹੋਏਗਾ ਜਿਹਨੂੰ ਪਰੂਫ ਆਫ ਰਿਲੇਸ਼ਨਸ਼ਿਪ ਕਹਿੰਦੇ ਆ ਅਗਰ ਉਹ ਸਭ ਹੋਏਗਾ ਤਾਂ ਹੀ ਐਜ਼ ਅ ਸਪਾਊਸ ਉਹ ਵਰਕ ਵੀਜ਼ਾ ਲਾ ਸਕਦਾ ਅਦਰਵਾਈਜ਼ ਕੋਈ ਹੋਰ ਤਰੀਕਾ ਨਹੀਂ ਹੈ ਅਗਰ ਜੇ ਟੂਰਿਸਟ ਵੀਜ਼ਾ ਵਾਲਾ ਅਪਲਾਈ ਕਰਨਗੇ ਇਟ ਵਿਲ ਬੀ ਰਿਫਿਊਜ਼ਡ ਸੋ ਹੋਰ ਕੋਈ ਜਾਦੂ ਕੋਈ ਮੈਜਿਕ ਸੋਲੂਸ਼ਨ ਨਹੀਂ ਹੈ ਆ ਕੇ ਉਹ ਮੈਰਿਜ ਕਰਨ ਅਤੇ ਉਹਦੇ ਬਾਅਦ ਆਪਣਾ ਸਪਾਊਸ ਵੀਜ਼ਾ ਅਪਲਾਈ ਕਰੋ ਹਾਂ ਆਫਕੋਰਸ ਜਿਹੜਾ ਪਰੂਫ ਆਫ ਰਿਲੇਸ਼ਨਸ਼ਿਪ ਹੈ ਅਗਰ ਉਹ 3-4 ਸਾਲ ਤੋਂ 5 ਸਾਲ ਤੋਂ ਇੱਕ ਦੂਜੇ ਨਾਲ ਜਾਣਦੇ ਹੈ ਮਿਲਦੇ ਰਹੇ ਹੈ ਉਹਨਾਂ ਕੋਲ ਚੈਟ ਹਿਸਟਰੀ ਹੈ ਵਟਸਐਪ ਹਿਸਟਰੀ ਫੋਟੋਗ੍ਰਾਫਸ ਵਗੈਰਾ ਕੋਈ ਹੋਰ ਟ੍ਰਿਪਸ ਵਗੈਰਾ ਉਹ ਹੈ ਦੇ ਆਰ ਹੈਲਪਫੁਲ ਕਿ ਪਤਾ ਲੱਗਦਾ ਕਿ ਹਾਂ ਵੀ ਉਹਨਾਂ ਦੇ ਜਿਹੜਾ ਰਿਸ਼ਤਾ ਹੈ ਆਪਸ ਵਿੱਚ ਸੰਬੰਧ ਹੈ ਜਿਹੜਾ ਉਹ ਕੈਨੇਡਾ ਜਾਣ ਤੋਂ ਪਹਿਲਾਂ ਹੀ ਇਹ ਚੱਲ ਰਿਹਾ ਸੋ ਡੈਟ ਇਜ਼ ਅ ਹੈਲਪਫੁਲ ਪਰ ਮੈਰਿਜ ਸੈਰੇਮਨੀ ਜਾਂ ਮੈਰਿਜ ਸਰਟੀਫਿਕੇਟ ਦੇ ਬਗੈਰ ਕੋਈ ਹੋਰ ਚਾਰਾ ਨਹੀਂ ਹੈ I don't want to say marriage ceremony, marriage certificate. ਭਾਵੇਂ ceremony ਕਰਕੇ ਕੀਤੀ ਹੋਈ ਜਾਂ ਕੋਰਟ ਕਚਹਿਰੀ ਤੋਂ ਕੀਤੀ ਹੋਈ ਡਸ ਨੋਟ ਮੈਟਰ ਸਪਾਊਸ ਦਾ ਮਤਲਬ ਹੈ ਲੀਗਲ ਹਸਬੈਂਡ ਐਂਡ ਵਾਈਫ ਜਦ ਤੱਕ ਉਹ ਨਹੀਂ ਬੰਦੇ ਦੇ ਕੈਨ ਨਾਟ ਅਪਲਾਈ ਫੋਰ ਦ ਵੀਜ਼ਾ ਠੀਕ ਹੈ ਸਰ ਤੇ ਇੱਕ ਮੈਂ ਵਰਕ ਪਰਮਿਟ ਬਾਰੇ ਪੁੱਛਣਾ ਚਾਹੁੰਦਾ ਸੀ ਕੀ ਤੁਸੀਂ ਵਰਕ ਪਰਮਿਟ ਵਿੱਚ ਹੈਲਪ ਕਰਦੇ ਹੋ ਗੈਟਿੰਗ ਦ ਜੋਬ ਲੈਟਰਸ ਡਨ ਮੈਂ ਜੋਬ ਲੈਟਰ ਲਈ ਨਹੀਂ ਅਰੇਂਜ ਕਰ ਸਕਦਾ ਇਹ ਬਹੁਤਾਂ ਦਾ ਇਸ ਤਰ੍ਹਾਂ ਦਾ ਖਿਆਲ ਹੈ ਜਦ ਉਹ ਵਰਕ ਪਰਮਿਟ ਦੇਖਦੇ ਹਾਂ ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਹਾਂ ਉਹਨਾਂ ਨੇ ਵੀਡੀਓ ਦੇਖਣੀ ਕਿ ਵਰਕ ਪਰਮਿਟ ਦੇ ਬਾਰੇ ਗੱਲ ਕੀਤੀ ਜਾਏ ਅਤੇ ਅਗਲਾ ਸੋਚਦਾ ਕਿ ਸ਼ਾਇਦ ਮੇਰੇ ਕੋਲ ਸਾਰੇ ਹੀ ਵਰਕ ਪਰਮਿਟ ਹੈ ਇਸ ਤਰ੍ਹਾਂ ਨਹੀਂ ਹੈ ਇਹ ਜਿਹੜਾ ਵਰਕ ਪਰਮਿਟ ਜਿਹੜਾ ਸਪਾਊਸ ਦਾ ਵਰਕ ਪਰਮਿਟ ਹੈ ਦਿਸ ਇਜ਼ ਵਨ ਆਫ ਦ ਕੈਟਾਗਰੀਜ਼ ਦੇ ਅਬਾਊਟ 20-25 LMIA ਐਗਜ਼ੈਂਪਟ ਕੈਟਾਗਰੀਜ਼ ਆਊਟ ਆਫ ਵਿਚ ਵਨ ਆਫ ਦੈਮ ਇਜ਼ ਸਪਾਊਸ ਵਰਕ ਪਰਮਿਟ ਸੋ ਬਾਕੀ ਜਿਹੜੇ ਨੋਨ LMIA ਐਗਜ਼ੈਂਪਟ ਵਰਕ ਪਰਮਿਟ ਹੈ ਉਹਦੇ ਵਿੱਚ ਮਤਲਬ ਤੁਹਾਨੂੰ ਇੰਪਲੋਇਰ ਦੀ ਲੋਡ ਹੈ ਲੇਬਰ ਸਰਟੀਫਿਕੇਸ਼ਨ ਜਿਹਨੂੰ ਨੋਰਮਲੀ ਦਿਸ ਇਨ ਅਮੈਰੀਕਾ LMIA ਕਰਕੇ ਫਿਰ ਉਹ ਮਿਲਦਾ ਹੈ ਉਹ ਮੈਂ ਡੀਲ ਨਹੀਂ ਕਰਦਾ ਮੇਰੇ ਕੋਲ LMIA ਨਹੀਂ ਹੈ ਅਗਰ ਕੋਈ ਤੁਹਾਡੇ ਕੋਲ ਇੰਪਲੋਇਰ ਹੈ ਉਹਨਾਂ ਲਈ ਮੈਂ LMIA ਫਾਈਲ ਕਰ ਸਕਦਾ ਇਟ ਵਿਲ ਟੇਕ 4-5 ਮੰਥਸ ਅਤੇ ਖਰਚਾ ਵੀ ਹੈ ਉਹਦੇ ਵਿੱਚ $1,000 ਤਾਂ ਸਰਕਾਰੀ ਫੀਸ ਹੈ ਸੋ ਬਾਕੀ ਮੈਨੂੰ ਮਤਲਬ ਜੇਕਰ ਤੁਸੀਂ ਮੈਨੂੰ ਕਾਲ ਕਰਕੇ ਅਗਰ ਪੁੱਛ ਰਹੇ ਹੋ ਮੈਨੂੰ ਕਾਲ ਕਰਦੇ ਲੋਕ ਸਾਊਦੀ ਤੋਂ ਦੁਬਈ ਤੋਂ ਯੂ ਨੋ ਡਿਫਰੈਂਟ ਕੰਟਰੀਜ਼ ਕਿ ਬਈ ਮੈਨੂੰ ਤੁਸੀਂ ਵਰਕ ਪਰਮਿਟ ਕਰਾ ਦਿਓ ਜਿੰਨੇ ਮਰਜ਼ੀ ਪੈਸੇ ਦੱਸੋ ਜੀ ਨੋ ਪ੍ਰੋਬਲਮ ਮੈਂ ਉਹਨੂੰ ਕਹਿੰਦਾ ਕਿ ਬਈ ਮੈਂ ਪੈਸੇ ਦੀ ਗੱਲ ਹੀ ਨਹੀਂ ਮੈਂ ਇਸ ਕੰਮ ਨੂੰ ਮੈਂ ਕਰ ਹੀ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਜੋਬ ਨਹੀਂ ਹੈ ਜੋਬ ਤੁਸੀਂ ਆਪਣੇ ਆਪ ਅਰੇਂਜ ਕਰੋ ਫਿਰ ਅਗਰ ਇੰਪਲੋਇਰ ਨੇ ਅਗਰ LMIA ਫਾਈਲ ਕਰਵਾਉਣਾ ਹੈ ਤਾਂ ਐਜ਼ ਅ ਲੀਗਲੀ ਰਿਪ੍ਰੈਜ਼ੈਂਟੇਟਿਵ ਆਫ ਦ ਐਪਲੀਕੇਸ਼ਨ ਤੁਹਾਡੀ ਮੈਂ LMIA ਫਾਈਲ ਕਰ ਦਿਆਂਗਾ ਸਰ ਦੁਬਈ ਤੋਂ ਮੇਰੇ ਬਹੁਤ ਸਾਰੇ ਫਰੈਂਡਸ ਨੇ ਜਿਹੜੇ ਹਮੇਸ਼ਾ ਫੋਨ ਕਰਕੇ ਮੈਨੂੰ ਇਹ ਕਹਿੰਦੇ ਨੇ ਕਿ ਅਮਰਜੋਤ ਸਰ ਅਗਰ ਮੇਰਾ ਕਰਵਾ ਦੇਣ ਮੇਰਾ 6 ਸਾਲ ਦਾ ਐਕਸਪੀਰੀਅੰਸ ਹੈ ਮੇਰਾ 10 ਸਾਲ ਦਾ ਐਕਸਪੀਰੀਅੰਸ ਹੈ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਹੈਵੀ ਡਿਊਟੀ ਡਰਾਈਵਰ ਰਿਹਾ ਜਾਂ ਮੈਂ ਫਿਟਰ ਸੀ ਜਾਂ ਮੈਂ ਇਲੈਕਟ੍ਰੀਸ਼ੀਅਨ ਸੀ ਜਾਂ ਮੈਂ ਦੁਬਈ ਤੋਂ ਵਾਪਿਸ ਆਇਆ ਹੋਇਆ ਮੇਰੇ 5 ਬੈਂਡ ਨੇ ਮੇਰਾ ਤੁਸੀਂ PNP ਵਿੱਚ ਕਰਵਾ ਦਿਓ ਇਸ ਤਰੀਕੇ ਦਾ ਕੁਝ ਹੈ ਸਰ ਹੁੰਦਾ ਕੁਝ ਇਸ ਤਰ੍ਹਾਂ ਦਾ ਮੇਰੇ ਕੋਲ ਕੋਈ ਜਾਦੂ ਸੋਲੂਸ਼ਨ ਨਹੀਂ ਹੈ ਕਿਸੇ ਨੂੰ ਵਰਕ ਪਰਮਿਟ ਦਿਵਾਉਣ ਲਈ ਵਰਕ ਪਰਮਿਟ ਦਾ ਇੱਕ ਬੇਸਿਕ ਫਾਰਮੂਲਾ ਹੈ ਕਿ ਜੋਬ ਆਫਰ ਹੈ ਤਾਂ ਵਰਕ ਪਰਮਿਟ ਮਿਲੇਗਾ ਜੋਬ ਆਫਰ ਨਹੀਂ ਹੈ ਤੇ ਨਹੀਂ ਮਿਲੇਗਾ ਮੇਰੇ ਕਈ ਵੀਡੀਓਜ਼ ਪਿਛਲੇ 2-3 ਸਾਲ ਤੋਂ ਲੋਕੀ ਕਾਲ ਕਰਦੇ ਕਿ ਉਹਨਾਂ ਨੂੰ ਫਲਾਨਾ ਜੋਬ ਆਫਰ ਕਿਸਨੇ ਦਿੱਤਾ ਕੋਈ ਕੰਸਲਟੈਂਟ ਨੇ ਤੇ ਉਹ ਸਾਰੇ ਨਕਲੀ ਪਾਏ ਗਏ ਕੋਈ ਅਸਲੀ ਨਹੀਂ ਨਿਕਲਿਆ ਹੁਣ ਤੱਕ ਸੋ ਸਾਵਧਾਨ ਰਹਿਣ ਦੀ ਲੋੜ ਹੈ ਕੇਅਰਫੁਲ ਰਹੋ ਦੇਖੋ ਵੀ ਕੌਣ ਦੇ ਰਿਹਾ ਜੋਬ ਆਫਰ ਆਈ ਡੋਂਟ ਹੈਵ ਦ ਜੋਬ ਆਫਰ ਸਰ ਕੀ ਤੁਸੀਂ ਇਹ ਜੋਬ ਆਫਰਸ ਇਹ ਜਿਹੜੇ ਜੋਬ ਆਫਰਸ ਨੇ ਕੀ ਤੁਸੀਂ ਚੈੱਕ ਵੀ ਕਰ ਦਿੰਦੇ ਹੋ ਨਕਲੀ ਹੈ ਜਾਂ ਅਸਲੀ ਹੈ ਮੈਂ ਚੈੱਕ ਕਰ ਸਕਦਾ ਚੈੱਕ ਕਰ ਦਿਆਂਗਾ ਉਹਦੇ ਲਈ ਕੁਛ ਨਾ ਕੁਛ ਕੰਸਲਟੇਸ਼ਨ ਫੀਸ ਮੈਂ ਚਾਰਜ ਕਰਨੀ ਪਏਗੀ ਨੋਰਮਲ ਜਿਹੜੀ ਕੰਸਲਟੇਸ਼ਨ ਫੀਸ ਹੈ ਉਹ ਮੈਂ ਚਾਰਜ ਕਰਾਂਗਾ ਮੈਂ ਤੁਹਾਡੇ ਸਾਰੇ ਡਾਕੂਮੈਂਟਸ ਅਗਰ ਤੁਹਾਨੂੰ ਕੋਈ ਜੋਬ ਆਫਰ ਦੇ ਰਿਹਾ ਕੋਈ LMIA ਦੀ ਕਾਪੀ ਦੇ ਰਿਹਾ ਹੈ ਹੋਰ ਕੋਈ ਦਸਤਾਵੇਜ਼ ਕੈਨੇਡਾ ਤੋਂ ਸਪੋਜ਼ਲੀ ਫਰਮ ਕੈਨੇਡਾ ਦੇ ਰਿਹਾ ਹੈ ਉਹਦੇ ਲਈ ਮੈਂ ਇਨਵੈਸਟੀਗੇਸ਼ਨ ਕਰਕੇ ਦੇਖ ਕਰ ਚੈੱਕ ਕਰਕੇ ਤੁਹਾਨੂੰ ਮੈਂ ਦੱਸ ਸਕਦਾ ਕਿ ਬਈ ਇਹਦੇ ਵਿੱਚ ਕੁਛ ਨਿਕਲਣਾ ਨਹੀਂ ਜਾਂ ਨਿਕਲਣਾ ਹੈ ਆਲ ਲੈਟ ਯੂ ਨੋ ਉਹਦੇ ਬਾਅਦ ਤੁਸੀਂ ਆਪਣਾ ਸਟੈਪ ਲੈ ਸਕਦੇ ਇੱਕ ਮੇਰਾ ਹੋਰ ਸਵਾਲ ਹੈ ਸਰ ਮੇਰੇ ਕੋਈ ਬਹੁਤ ਅੱਛੇ ਦੋਸਤ ਨੇ ਉਹ ਜਿਹੜੇ ਪੁੱਛਦੇ ਨੇ ਕਿ ਫਲਾਣਾ ਕੰਸਲਟੈਂਟ ਫਲਾਣੇ ਜ਼ਿਲ੍ਹੇ ਦੇ ਵਿੱਚ ਹੈ ਉਹ ਚੰਡੀਗੜ੍ਹ ਹੈ ਮੋਹਾਲੀ ਹੈ ਜਾਂ ਪੁਣੇ ਹੈ ਜਾਂ ਮੁੰਬਈ ਹੈ ਉਹ ਕੰਸਲਟੈਂਟ ਫੇਕ ਹੈ ਕਿ ਜੈਨੂਇਨ ਹੈ ਕੀ ਤੁਸੀਂ ਇਹਦੇ ਬਾਰੇ ਵੀ ਜਾਣਕਾਰੀ ਦੇ ਦਿੰਦੇ ਹੋ ਦੇਖੋ ਅਸੀਂ ਦੇ ਨਹੀਂ ਸਕਦੇ ਮੈਂ ਕਿਸੇ
ਸੈਕਿੰਡ ਪਰਸਨ ਦੇ ਬਾਰੇ ਕੋਈ ਆਪਣੀ ਓਪੀਨੀਅਨ ਦੇ ਨਹੀਂ ਸਕਦਾ ਕਿ ਉਹ ਫੇਕ ਹੈ ਨਹੀਂ ਹੈ। ਇੱਕ ਮੋਟਾ ਮੋਟਾ ਪ੍ਰਿੰਸੀਪਲ ਮੈਂ ਪਹਿਲਾਂ ਹੀ ਕਈ ਸਾਲਾਂ ਤੋਂ ਮੈਂ ਆਊਟਲਾਈਨ ਕੀਤਾ ਹੋਇਆ ਸਾਰਿਆਂ ਲਈ ਕਿ ਅਗਰ ਜੇ ਤੁਸੀਂ ਕਿਸੇ ਤੋਂ ਵੀ ਕੰਮ ਕਰਵਾਉਣਾ ਹੈ ਤਾਂ ਅਕੋਰਡਿੰਗ ਟੂ ਕੈਨੇਡੀਅਨ ਗਵਰਨਮੈਂਟ ਲਾਅ ਕੋਈ ਵੀ ਐਪਲੀਕੇਸ਼ਨ ਜਿਹੜੀ ਪੁੱਟਅਪ ਹੁੰਦੀ ਹੈ ਕੈਨੇਡੀਅਨ ਹਾਈ ਕਮਿਸ਼ਨ ਨੂੰ ਜਾਂ ਵਿਦ ਇਨ ਕੈਨੇਡਾ, ਤੁਹਾਡੀ ਆਵਾਜ਼ ਫੋਟੋ ਕੱਟ ਗਈ ਮੇਰੇ ਖਿਆਲ ਸ਼ਾਇਦ, ਅਤੇ ਉਸ ਐਪਲੀਕੇਸ਼ਨ ਨੂੰ ਅਗਰ ਕੋਈ ਪੈਸੇ ਲੇਕਰ ਕਰ ਰਿਹਾ ਹੈ ਤਾਂ ਦੈਟ ਪਰਸਨ ਮਸਟ ਬੀ ਅ ਮੈਂਬਰ ਆਫ ਆਈ ਸੀ ਸੀ ਆਰ ਸੀ ਜਾਂ ਮੈਂਬਰ ਆਫ ਲਾਅ ਸੁਸਾਇਟੀ ਆਫ ਕੈਨੇਡਾ ਕੋਈ ਵੀ ਕਿਸੇ ਪ੍ਰੋਵਿੰਸ ਦੀ, ਜਾਂ ਥਰਡ ਹੈ ਕਿਊਬੈਕ ਨੋਟਰੀ। ਅਗਰ ਉਹ ਇਸ ਤਿੰਨ ਕੈਟੇਗਰੀ ਵਿੱਚ ਨਹੀਂ ਫਾਲ ਕਰਦਾ ਡੈਟ ਮੀਨਸ ਕਿ ਐਪਲੀਕੇਸ਼ਨ ਨੂੰ ਅਨਆਥੋਰਾਈਜ਼ਡ ਕੰਸਲਟੇਸ਼ਨ ਜਾਂ ਅਨਆਥੋਰਾਈਜ਼ਡ ਰੈਪ੍ਰਜੈਂਟੇਸ਼ਨ ਮਿਲਿਆ। ਜਿਹੜਾ ਇੱਕ ਮੈਂ ਸਵੇਰੇ ਵੀ ਇੱਕ ਵੀਡੀਓ ਬਣਾਈ ਸੀ ਕਿਸੇ ਨਾਲ ਗੱਲ ਕਰੀ ਸੀ ਗੁਜਰਾਤ ਤੋਂ, ਉਹਨਾਂ ਨੇ ਵੀ ਕਿਸੇ ਨੂੰ ਪੈਸੇ ਦੇ ਕਰ ਆਪਣੀ ਐਪਲੀਕੇਸ਼ਨ ਲਗਵਾਈ, SINP ਨੇ ਉਹਨਾਂ ਨੂੰ ਟਰੈਪ ਕਰ ਲਿਆ ਅਤੇ ਉਹਨਾਂ ਨੂੰ 2 ਸਾਲ ਲਈ ਬੈਨ ਕਰਤਾ। ਕਿਸੇ ਵੀ ਅਨਆਥੋਰਾਈਜ਼ਡ ਕੰਸਲਟੈਂਟ ਜਾਂ ਅਨਆਥੋਰਾਈਜ਼ਡ ਰੈਪ੍ਰਜੈਂਟੇਟਿਵ ਤੋਂ ਕੰਮ ਕਰਾਉਣਾ ਇਟ ਇਜ਼ ਇਲੀਗਲ ਐਂਡ ਅਨਲੋਫੁਲ ਇਨ ਕੈਨੇਡੀਅਨ ਇਮੀਗ੍ਰੇਸ਼ਨ ਪ੍ਰੈਕਟਿਸ। ਜਿਹੜੇ ਲੋਕ ਕਰ ਰਹੇ ਹੈ ਉਹ ਆਪਣੇ ਰਸਤੇ ਕਰ ਰਹੇ ਹੈ। ਸੋ ਬਾਕੀ ਮੈਂ ਇਹੀ ਕਹਾਂਗਾ ਕਿ ਤੁਸੀਂ ਇੱਕ ਲਾਇਸੈਂਸ ਚੈੱਕ ਕਰੋ, ਜੋ ਵੀ ਤੁਹਾਨੂੰ ਕੋਈ ਆਫਰ ਕਰ ਰਿਹਾ ਹੈ, ਕੋਈ ਵੀ ਚੀਜ਼ ਆਫਰ ਕਰ ਰਿਹਾ ਹੈ, ਸਭ ਤੋਂ ਪਹਿਲਾਂ ਉਹਨਾਂ ਦਾ ਲਾਇਸੈਂਸ ਨੰਬਰ ਚੈੱਕ ਕਰੋ ਤੇ ਚੈੱਕ ਕਰੋ। ਸਵਾਲ ਮੇਰੇ ਰਾਈਟ ਸਰ, ਮੈਂ ਹਾਂਜੀ ਮੈਂ ਇਸ ਚੀਜ਼ ਨੂੰ ਫਾਲੋ ਕਰ ਗਿਆ ਸਰ, ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹੁੰਦਾ ਸੀ ਵੀ ਕੀ ਇਹ ਜੋਬ ਆਫਰ ਜਿਹੜੇ ਪਰਚੇਸ ਕੀਤੇ ਜਾਂਦੇ ਨੇ ਇਹਨਾਂ ਦੇ ਕੀ ਚਾਂਸਸ ਹੁੰਦੇ ਨੇ ਕਿ ਐਟ ਦ ਐਂਡ ਆਫ ਦ ਡੇ ਦੇਖੋ ਮੋਰ ਔਰ ਲੈਸ ਇਹ ਸਮਝ ਦੀ ਲੋੜ ਹੈ ਕਿ ਜਿਹੜਾ ਵੀ ਇਨਸਾਨ ਕੰਸਲਟੈਂਟ ਜਾਂ ਬ੍ਰੋਕਰ ਹੈ, ਵਿਚੋਲੀਆ ਹੈ, ਈਵਨ ਲੋਇਰ ਐਂਡ ਕੰਸਲਟੈਂਟ, ਜਿਹੜੇ ਵੀ ਇਨ ਜੋਬਾਂ ਨੂੰ ਵੇਚਦੇ ਹੈ ਥਰੂ ਅ ਇੰਪਲੋਇਰ, ਉਹ ਵੇਚਦੇ ਹੈ ਐਸ ਅ ਮਿਡਲ ਮੈਨ, ਇਟ ਇਜ਼ ਵੈਰੀ ਲਾਈਕਲੀ ਕਿ ਭਾਵੇਂ ਉਹ LMIA ਜੈਨੂਇਨ ਹੈ ਲੇਕਿਨ ਉਹ ਜੋਬ ਕੰਟੀਨਿਊ ਕਰੇਗੀ ਇਹਦਾ ਵੀ ਕੋਈ ਗਰੰਟੀ ਨਹੀਂ ਹੈ। ਫਰਜ਼ ਕਰੋ ਕਿਸੇ ਨੇ ਪੈਸੇ ਦੇ ਕਰ ਇੱਕ ਐਜ਼ ਅ ਟਰੱਕ ਡਰਾਈਵਰ ਦਾ LMO ਲੈ ਵੀ ਲਿਆ ਅਤੇ ਉਹ ਟਰੱਕ ਡਰਾਈਵਰ ਬਣ ਕੇ ਉੱਥੇ ਪਹੁੰਚ ਵੀ ਗਿਆ, ਕੀ ਤੁਹਾਨੂੰ ਪਤਾ ਹੈ ਜਾਂ ਕੀ ਤੁਹਾਨੂੰ ਕੋਈ ਗਰੰਟੀ ਇਸ ਤਰ੍ਹਾਂ ਦੀ ਹੈ ਕਿ 1 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਤੁਹਾਡੀ ਨੌਕਰੀ ਕੰਟੀਨਿਊ ਰਹੇਗੀ? ਇਹ ਨਹੀਂ, ਇਹ ਕੁਛ ਨਹੀਂ ਪਤਾ। ਅਗਰ ਜੇ ਬਾਈ ਚਾਂਸ ਨੌਕਰੀ ਚਲੀ ਗਈ, ਕਿਉਂਕਿ ਇੰਪਲੋਇਰ ਨੂੰ ਤਾਂ ਫਿਰ ਇਹ ਲਾਲਚ ਹੈ ਨਾ ਕਿ ਤੁਹਾਨੂੰ ਕੱਢ ਕੇ ਦੂਸਰੇ ਨੂੰ ਲਿਆ ਕੇ ਉਹਨੂੰ ਫਿੱਟ ਕਰ ਸਕਦਾ ਕਿਉਂਕਿ ਪੈਸੇ ਉੱਥੋਂ ਵੀ ਮਿਲਣੇ ਆ। ਸੋ ਤੁਸੀਂ ਕੀ ਕਰੋਗੇ? ਯੂ ਆਰ ਬੈਕ ਟੂ ਸਕੁਆਇਰ ਵਨ, ਈਵਨ ਦੋ ਯੂ ਮੇ ਹੈਵ ਦ ਵਰਕ ਪਰਮਿਟ ਇਨ ਕੈਨੇਡਾ, ਪਰ ਤੁਹਾਡੇ ਕੋਲ ਜੋਬ ਨਹੀਂ ਹੈ। ਅਗਰ ਜੋਬ ਨਹੀਂ ਹੈ ਤਾਂ ਵਰਕ ਐਕਸਪੀਰੀਅੰਸ ਬਿਲਡਅਪ ਨਹੀਂ ਹੋਏਗਾ, ਤੁਸੀਂ ਪੈਸੇ ਗਵਾ ਕਰ ਵੀ ਮਿਲੋ, 0-0 ਹੀ ਰਹੋਗੇ। ਠੀਕ ਹੈ ਸਰ, ਸੋ ਸਾਨੂੰ ਕਿਸੇ ਵੀ ਤਰੀਕੇ ਦਾ ਯਾਨੀ ਕਿ ਅਰੇਂਜ ਇੰਪਲੋਇਮੈਂਟ ਜਿਹੜਾ ਨਹੀਂ ਲੈਣਾ ਚਾਹੀਦਾ, ਜੇ ਕੋਈ ਵੇਚ ਰਿਹਾ ਉਹਨੂੰ ਇੰਪਲੋਇਮੈਂਟ ਨੂੰ ਤਾਂ ਨਹੀਂ ਲੈਣਾ ਚਾਹੀਦਾ। ਅਰੇਂਜ ਇੰਪਲੋਇਮੈਂਟ ਆਫਰ ਇਜ਼ ਅ ਲੀਗਲ ਟਰਮ ਇਨ ਇਮੀਗ੍ਰੇਸ਼ਨ, ਮਤਲਬ ਸਿਰਫ ਇਨਾ ਹੀ ਹੈ ਕਿ ਪੈਸੇ ਦੇ ਕਰ ਨਹੀਂ ਲੈਣਾ ਚਾਹੀਦਾ। ਅਗਰ ਉਸ ਤਰ੍ਹਾਂ ਮਿਲਦਾ ਦੈਨ ਇਟਸ ਵੰਡਰਫੁਲ, ਅਗਰ ਇਫ ਯੂ ਆਰ ਲੱਕੀ ਦੈਨ ਇਟਸ ਓਕੇ, ਕਿਉਂਕਿ ਕਈ ਜਿਹੜੇ ਸਟੂਡੈਂਟ ਆਲਰੇਡੀ ਜਿਹੜੇ ਹੁਣ ਅੱਜ ਕੱਲ੍ਹ ਕੈਨੇਡਾ ਬੈਠੇ ਆ, ਜਿਹੜੇ ਕੰਮ ਕਰ ਰਹੇ ਹੈ ਜਿੱਥੇ ਉਹ ਕੰਮ ਕਰ ਰਹੇ ਹੈ, ਅਤੇ ਅਗਰ ਇੰਪਲੋਇਰ ਅਗਰ ਉਹ ਡਿਸਾਈਡ ਕਰਦੇ ਕਿ ਤੁਹਾਨੂੰ ਉਹਨਾਂ ਨੇ ਸਟੂਡੈਂਟ ਨੂੰ ਪੱਕਾ ਕਰਨਾ ਹੈ, ਸੋ ਦੇ ਗਿਵ ਯੂ ਇਟਸ ਕਾਲ ਅ ਕੁਆਲੀਫਾਈਂਗ ਜੋਬ ਆਫਰ ਵਿਚ ਇਜ਼ ਆਲਸੋ ਲਾਈਕ ਯੂ ਕਾਲ ਇਜ਼ ਅਰੇਂਜ ਜੋਬ ਆਫਰ, ਪਰ ਉਹਦੇ ਵਿੱਚ ਕੁਝ ਪੈਸੇ ਦਾ ਟ੍ਰਾਂਜੈਕਸ਼ਨ ਨਹੀਂ ਹੈ। ਦੇ ਵਾਂਟ ਦੈਮ ਟੂ ਕੰਟੀਨਿਊ, ਤੁਹਾਨੂੰ ਸਪੋਰਟ ਕਰਦੇ ਹੈ, ਦੈਟ ਇਜ਼ ਆਲਸੋ ਕਾਲ ਅਰੇਂਜ ਜੋਬ ਆਫਰ। ਸੋ ਅਰੇਂਜ ਜੋਬ ਆਫਰ ਇਜ਼ ਅ ਲੀਗਲ ਐਕਸਪਲੇਨੇਸ਼ਨ ਵਿਚ ਇਜ਼ ਯੂਜ਼ ਇਨ ਅ ਡਿਫਰੈਂਟ ਟਰਮੀਨੋਲੋਜੀ ਦੈਨ ਵੀ ਯੂਜ਼ ਇਟ ਹੇਅਰ। ਸੋ ਇਹ ਚੀਜ਼ ਹੈ। ਬਾਕੀ ਅਗਲੇ ਹਫਤੇ ਤੋਂ ਸਟਾਰਟਿੰਗ ਫਰੋਮ ਮੰਡੇ ਮੈਂ ਲੁਧਿਆਣੇ ਮਿਲਣਾ ਹੈ ਸਾਰਿਆਂ ਨੂੰ, ਜਿਹਨਾਂ ਵੀ ਅਗਰ ਕੋਈ ਪ੍ਰੋਬਲਮ ਹੈ, ਜਿਹੜੇ ਸਪੈਸ਼ਲੀ ਪੰਜਾਬ ਹਰਿਆਣਾ ਤੋਂ ਬਿਲੋਂਗ ਕਰਦੇ, ਈਵਨ ਆਲ ਦਾ ਵੇ ਟਿਲ ਨੌਰਦਰਨ ਬੈਲਟ, ਜੇ ਅਗਰ ਉਹ ਕਿਸੇ ਵੀ ਕੋਈ ਰਿਫਿਊਜ਼ਲ ਦੇ ਬਾਰੇ ਕੋਈ ਚਰਚਾ ਕਰਨੀ ਹੈ, ਡਿਸਕਸ਼ਨ ਕਰਨਾ ਹੈ, ਕੋਈ ਹੁਣ ਬਾਰੀਕੀ ਨੂੰ ਇੰਟਰਪ੍ਰਟ ਕਰਨਾ ਹੈ, ਤਾਂ ਯੂ ਆਰ ਮੋਸਟ ਵੈਲਕਮ। ਅਗਰ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੇ ਦੇਖਣ ਨਾਲ ਤੁਹਾਨੂੰ ਕੋਈ ਫਾਇਦਾ ਹੋ ਸਕਦਾ ਹੈ ਜਾਂ ਹੋ ਜਾਏਗਾ, ਤਾਂ ਜ਼ਰੂਰ ਤੁਸੀਂ ਆਓ। ਅਤੇ ਨੰਬਰ ਮੈਂ ਆਲਰੇਡੀ ਮੈਂ ਫਲੈਸ਼ ਕੀਤਾ ਹੋਇਆ, ਮੈਂ ਟਾਈਪ ਵੀ ਕਰ ਦਿਆਂਗਾ, ਇਸ ਨੰਬਰ ਤੋਂ ਕਾਲ ਕਰਕੇ ਆਪਣਾ ਅਪਾਇੰਟਮੈਂਟ ਲੈ ਲਓ। ਮੇਰਾ ਜ਼ਿਆਦਾ ਇੰਟਰਸਟ ਹੈ ਕਿ ਸਪਾਊਸ ਵੀਜ਼ਾ ਵਾਲੇ। ਹਾਂਜੀ, ਇੱਕ ਸਰ ਮੈਂ ਪੁੱਛਣਾ ਚਾਹੁੰਦਾ ਸੀ ਵੀ ਜਿਹੜੀ ਤੁਹਾਡੀ ਫੀਸ ਹੈ 11,500 to 700 ਰੁਪਏ, $220 ਜਿਹਨੂੰ ਆਪਾਂ ਕਹਿੰਦੇ ਆ, ਕੀ ਇਹ ਫੀਸ ਮਿਲਣ ਦੇ ਚਾਰਜਸ ਨੇ ਸਿਰਫ? ਦੇਖੋ ਇਸ ਤਰ੍ਹਾਂ ਹੈ, ਅੱਛਾ ਸਵਾਲ ਹੈ। ਕੰਸਲਟੇਸ਼ਨ ਫੀਸ ਰੱਖੀ ਹੋਈ ਹੈ ਕਿ ਮੈਂ ਆਪਣਾ ਟਾਈਮ, ਐਨਰਜੀ ਅਤੇ ਨੌਲੇਜ ਇੱਕ ਕਲਾਇੰਟ ਨੂੰ ਐਪਲੀਕੇਸ਼ਨ ਨੂੰ ਇੰਟਰਪ੍ਰਟ ਕਰਨ ਲਈ ਦੇ ਰਿਹਾ। ਭਾਵੇਂ ਤੁਸੀਂ 1 ਘੰਟਾ ਮੇਰੇ ਕੋਲ ਬੈਠੋ ਜਾਂ 2 ਘੰਟੇ ਬੈਠੋ ਜਾਂ 3 ਘੰਟੇ ਬੈਠੋ, ਵੀ ਵਿਲ ਨਾਟ ਸਟਾਪ ਅੰਟਿਲ ਯੂ ਆਰ ਸੈਟਿਸਫਾਈਡ। ਜਦ ਤੱਕ ਤੁਸੀਂ ਸੈਟਿਸਫਾਈ ਨਹੀਂ ਹੁੰਦੇ
ਇਹ ਮਤਲਬ ਅਸੀਂ ਤੁਹਾਡੇ ਨਾਲ ਟਾਈਮ ਸਪੈਂਡ ਕਰਾਂਗੇ। ਹਾਂ, ਇਹ ਜਿਹੜਾ ਫੀਸ ਰੱਖੀ ਹੈ ਕੰਸਲਟੇਸ਼ਨ ਫੀਸ, ਕਿਸੇ ਵੀ ਲੋਇਰ ਨੂੰ ਤੁਸੀਂ ਮਿਲ ਲਓ ਕੈਨੇਡਾ ਵਿੱਚ, ਜਿਹੜਾ ਲੋਇਰ ਹੈ ਕੈਨੇਡਾ ਜਾਂ ਅਮੈਰੀਕਾ, ਸਾਰੇ ਦੀ ਕੰਸਲਟੇਸ਼ਨ ਫੀਸ ਹੈ, ਜਿਸ ਤਰ੍ਹਾਂ ਡਾਕਟਰਾਂ ਦੀ ਫੀਸ ਹੈ, ਜਿਸ ਤਰ੍ਹਾਂ ਹੋਰ ਹੋਰ ਵੀ ਜਿਹੜੇ ਕੰਸਲਟੇਸ਼ਨ ਕੰਮ ਕਰਦੇ ਹੈ, ਜਿਸ ਤਰ੍ਹਾਂ ਕੋਈ ਜਿਸ ਤਰ੍ਹਾਂ ਮੈਡੀਕਲ ਫੀਲਡ ਵਿੱਚ ਜਿਹੜੇ ਲੋਕ ਨੇ ਕੰਸਲਟੇਸ਼ਨ ਚਾਰਜ ਕਰਦੇ ਹੈ, ਕਿਉਂਕਿ ਉਹਨਾਂ ਦੀ ਆਪਣੀ ਨੌਲੇਜ ਹੈ, ਆਪਣੀ ਐਕਸਪੀਰੀਅੰਸ ਹੈ, ਆਪਣਾ ਲਾਇਸੈਂਸ ਹੈ, ਉਹਦੀ ਵੀ ਆਪਾਂ ਫੀਸ ਚਾਰਜ ਕਰਦੇ ਹਾਂ। ਸੋ ਇਹ ਫੀਸ ਮੈਂ ਚਾਰਜ ਕਰ ਰਿਹਾ $220। ਮੇਰਾ ਤਾਂ ਕੋਨਸੈਪਟ ਇੰਨਾ ਹੀ ਹੈ ਕਿ ਬਜਾਏ ਕਿ ਤੁਸੀਂ ਲੱਖੋਂ ਰੁਪਏ ਸਪੈਂਡ ਕਰਨ ਦੇ, ਤੁਸੀਂ ਆ ਕੇ ਮੇਰੇ ਤੋਂ ਇਨਫੋਰਮੇਸ਼ਨ ਲਓ, ਮੇਰੇ ਤੋਂ ਨੌਲੇਜ ਲਓ, ਮੇਰੇ ਤੋਂ ਸਮਝੋ ਕਿ ਵੀ ਵਾਟ ਇਜ਼ ਰਾਈਟ ਔਰ ਵਾਟ ਇਜ਼ ਰੋਂਗ। ਉਹਦੇ ਬਾਅਦ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਕੇਸ ਆਪਣੇ ਆਪ ਹੀ ਲਾਉਣਾ ਹੈ ਤੁਸੀਂ ਆਪਣੇ ਆਪ ਕਰ ਸਕਦੇ ਹੋ, ਕਿਸੇ ਹੋਰ ਕੰਸਲਟੈਂਟ ਕੋਲ ਜਾਣਾ ਕਰਵਾਉਣਾ ਹੈ, ਕਿਸੇ ਐਪਲੀਕੇਸ਼ਨ ਕਰਵਾਉਣੀ ਉਹਨਾਂ ਤੋਂ ਕਰਵਾ ਲਓ, ਜੇ ਮੇਰੇ ਕੋਲ ਕਰਵਾਉਣਾ ਮੇਰੇ ਕੋਲ ਕਰਾ ਸਕਦੇ ਹੋ। ਮੇਰੇ ਵੱਲੋਂ ਕੋਈ ਇਸ ਤਰ੍ਹਾਂ ਦੀ ਬੰਦਿਸ਼ ਨਹੀਂ ਹੈ ਕਿ ਤੁਸੀਂ ਮੇਰੇ ਕੋਲ ਹੀ ਕੰਮ ਕਰਾਉਣਾ, ਦੈਟ ਇਜ਼ ਨੋਟ ਮਾਈ ਕੋਨਸੈਪਟ। $220 ਜਿਹੜਾ ਮਲਟੀਪਲਾਈ ਬਾਈ 52 ਵਿੱਚ ਇਜ਼ ਅਰਾਊਂਡ 11,000 ਵਟਐਵਰ 500 ਰੁਪਏ, ਅਗਰ ਤੁਸੀਂ ਇੰਨੇ ਪੈਸੇ ਖਰਚ ਕੇ ਅਗਰ ਤੁਹਾਨੂੰ ਕੇਸ ਦੇ ਬਾਰੇ ਸਮਝ ਆ ਗਈ, ਤਾਂ ਮੇਰਾ ਚੈਲੰਜ ਹੈ, ਮੇਰਾ ਦਾਅਵਾ ਹੈ ਕਿ ਤੁਸੀਂ ਕਦੇ ਧੋਖਾ ਨਹੀਂ ਖਾਓਗੇ, ਲੱਖੋਂ ਤੁਹਾਡੇ ਨੁਕਸਾਨ ਹੋਣ ਤੇ ਬਚ ਜਾਓਗੇ ਸਿਰਫ ਇੰਨੀ ਇਨਵੈਸਟਮੈਂਟ। ਦਿਸ ਇਜ਼ ਅ ਇਨਵੈਸਟਮੈਂਟ ਇਨ ਯੋਰ ਓਨ ਫਿਊਚਰ। ਆਵਾਜ਼ ਕੱਟ ਰਹੀ ਤੁਹਾਡੀ ਹਰਵਿੰਦਰ ਸਿੰਘ, ਆਵਾਜ਼ ਕੱਟ ਰਹੀ। ਹਰਵਿੰਦਰ ਸਿੰਘ ਤੁਹਾਡੀ ਆਵਾਜ਼ ਨਹੀਂ ਆ ਰਹੀ, ਮੇਰੇ ਖਿਆਲ ਫੋਟੋ ਆ ਰਹੀ ਹੈ, ਆਵਾਜ਼ ਨਹੀਂ ਆ ਰਹੀ। ਸੋ ਕੋਈ ਗੱਲ ਨਹੀਂ ਦੋਸਤੋ, ਮੇਰੇ ਖਿਆਲ ਹੈ ਕਿ ਆਵਾਜ਼ ਉਹਨਾਂ ਦੀ ਕੋਈ ਮਾਈਕਰੋਫੋਨ ਦੀ ਪ੍ਰੋਬਲਮ ਲੱਗ ਰਹੀ ਹੈ। ਬਾਕੀ ਜੇ ਤੁਸੀਂ ਅਗਰ ਅਪੋਇੰਟਮੈਂਟ ਲੈਣਾ ਹੈ, ਮਿਲਣਾ ਹੈ, ਅਗਰ ਦੈਟਸ ਓਕੇ, ਨਹੀਂ ਮਿਲਣਾ ਦੈਟਸ ਫਾਈਨ। ਸੋ ਨੰਬਰ ਮੈਂ ਇੱਕ ਦੁਬਾਰਾ ਪੜ੍ਹਦੇ ਹਾਂ, 9780026026। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਮਿਲਣਾ ਹੈ ਤਾਂ ਅਪੋਇੰਟਮੈਂਟ ਲੈ ਸਕਦੇ ਹੋ। So I hope to see some people, you know, we'll see how many can be helped. Harmandir Singh, tuhanu meri awaaz aa rahi hai? Ha, tuhanu mere khayal microphone se kuch problem ho gayi hai. So mere khayal apan discontinue karange, there's some problem in your microphone, but I will see. Can you hear me right now? Sir ji, mainu lag raha hai ki tuhade area ko zalzala aa raha hai, sab kuch hil raha hai, is tarah kamra hil raha hai, tusi hil raha, lagda sab kuch hil raha hai.